ਦੋ ਨੌਜਵਾਨਾਂ ਨੂੰ ਦਰੜ ਕੇ ਫਰਾਰ ਹੋਇਆ ਬੱਸ ਚਾਲਕ। ਕੰਮ ਤੋਂ ਵਾਪਸ ਘਰ ਪਰਤ ਰਹੇ ਸੀ ਦੋ ਨੌਜਵਾਨ ਕਿ ਬੱਸ ਚਾਲਕ ਨੇ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੂੰ ਟੱਕਰ ਮਾਰੀ, ਦਰੜ ਦਿੱਤਾ ਟਾਇਰਾਂ ਦੇ ਥੱਲੇ, ਜਿਸ ਤੋਂ ਬਾਅਦ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ ਤੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦਈਏ ਕਿ ਬੱਸ ਦੇ ਥੱਲੇ ਦਰੜਨ ਕਰਕੇ ਦੋਨੇ ਨੌਜਵਾਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਪਠਾਨਕੋਟ ਦੀਆਂ, ਜਿੱਥੇ ਮੁੱਖ ਮਾਰਗ ਦੇ ਉੱਤੇ ਮੁਕੇਰੀਆਂ ਪੇਪਰ ਮਿਲ ਦੇ ਕੋਲ ਬੁੱਧਵਾਰ ਦੇਰ ਰਾਤ ਨੂੰ ਇਹ ਹਾਦਸਾ ਹੋਇਆ। ਬੱਸ ਦੀ ਲਪੇਟ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਆ ਗਏ। ਇਹ ਦੋਵੇਂ ਨੌਜਵਾਨ ਕੰਮ ਤੋਂ ਦੇਰ ਰਾਤ ਘਰ ਵਾਪਸ ਪਰਤ ਰਹੇ ਸੀ। ਇੱਕ ਨੌਜਵਾਨ ਅਕਾਊਂਟੈਂਟ ਦਾ ਕੰਮ ਕਰਦਾ ਅਤੇ ਦੂਜਾ ਉਸਦਾ ਸਾਥੀ ਸੀ। ਇਹ ਵਾਪਸ ਘਰ ਪਰਤ ਰਹੇ ਸੀ ਤਾਂ ਰਾਹ ਦੇ ਵਿੱਚ ਇਸ ਤੇਜ਼ ਰਫ਼ਤਾਰ ਬੱਸ ਨੇ ਉਹਨੂੰ ਟੱਕਰ ਮਾਰੀ ਅਤੇ ਬੱਸ ਚਾਲਕ ਜਿਹੜਾ ਕਿ ਬੱਸ ਦਾ ਡਰਾਈਵਰ ਹੈ ਉਹ ਮੁੜ ਕੇ ਵੀ ਨਹੀਂ ਦੇਖਦਾ ਹੈ, ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਰਾਤ ਦਾ ਹਨੇਰਾ ਹੁੰਦਾ ਹੈ ਤਾਂ ਲੋਕ ਵੀ ਜਿਹੜੇ ਨੇ ਉਹ ਬੱਸ ਡਰਾਈਵਰ ਨੂੰ ਫੜਨ ਦੇ ਵਿੱਚ ਨਾਕਾਮਯਾਬ ਰਹਿੰਦੇ ਨੇ। ਦੱਸ ਦਈਏ ਕਿ ਮ੍ਰਿਤਕਾਂ ਦਾ ਨਾਮ ਮੋਹਿਤ, ਜਿਸ ਦੀ ਉਮਰ 26 ਦੱਸੀ ਜਾ ਰਹੀ ਹੈ, ਅਤੇ ਦੂਜੇ ਦਾ ਨਾਮ ਸੂਰਜ, ਜਿਸ ਦੀ ਉਮਰ ਮਹਿਜ਼ 22 ਸਾਲ ਸੀ। ਦੋਹਾਂ ਦੀ ਮੌਤ ਹੋ ਗਈ ਹੈ ਤਾਂ ਮੰਦਭਾਗੀ ਖਬਰ ਹੈ। ਬੱਸ ਚਾਲਕ ਦੇ ਵੱਲੋਂ ਤੇਜ਼ ਰਫ਼ਤਾਰ ਬੱਸ ਨੂੰ ਚਲਾਉਂਦਿਆਂ ਹੋਇਆਂ ਦੋ ਜਾਨਾਂ ਲੈ ਲਈਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਵੀ ਹੋ ਗਿਆ। ਇਨਸਾਨੀਅਤ ਦੇ ਨਾਤੇ ਵੀ ਮੌਕੇ 'ਤੇ ਨਹੀਂ ਰੁਕਿਆ। ਜੇਕਰ ਐਕਸੀਡੈਂਟ ਹੁੰਦਾ ਹੈ ਤਾਂ ਅੱਗੇ ਵੀ ਦੇਖਿਆ ਗਿਆ ਕਿ ਬੱਸ ਚਾਲਕ ਮੌਕੇ 'ਤੇ ਰੁਕ ਜਾਂਦੇ ਨੇ, ਬੱਸ ਛੱਡ ਕੇ ਕਈ ਵਾਰ ਭੱਜ ਜਾਂਦੇ ਨੇ, ਕਈ ਵਾਰ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ। ਪਰ ਇਹ ਬੱਸ ਲੈ ਕੇ ਹੀ ਜਿਹੜਾ ਬੱਸ ਚਾਲਕ ਹੈ ਉਹ ਫਰਾਰ ਹੋ ਗਿਆ ਹੈ ਅਤੇ ਹੁਣ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਕੀ ਨਾਮ ਸੀਗਾ ਜੀ ਤੁਹਾਡਾ? ਸੂਰਜ। ਕੀ ਲੱਗਦਾ ਸੀ ਤੁਹਾਡਾ? ਭਰਾ ਲੱਗਦਾ ਸੀ ਤੁਹਾਡਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਇਨਸਾਫ ਦੇ ਦਿਓ। ਜਿਹੜਾ ਲੜਕਾ ਮੋਹਿਤ ਕੁਮਾਰ ਪੁੱਤਰ ਸ਼ੋਰ ਕੁਮਾਰ ਵਾਸੀ ਇਨਸਾਫਪੁਰ, ਇਹ ਆਪਣੇ ਅਕਾਊਂਟੈਂਟ ਦਾ ਕੰਮ ਕਰਦਾ ਹੈ ਕਿਸ਼ਨਪੁਰ ਰੋਡ 'ਤੇ, ਨਾ ਜੋਗਿੰਦਰ ਸਿੰਘ ਦੀ ਹੈਗੀ ਆ ਟਰਾਂਸਪੋਰਟ ਉਹਨਾਂ ਦੇ ਦਫ਼ਤਰ 'ਚ। ਰਾਤ 10:30 ਵਜੇ ਆਪਣੇ ਦੋਸਤ ਸੂਰਜ ਨਾਲ ਆਇਆ ਸੀਗਾ, ਅਤੇ ਅੱਗੇ ਇਹਨਾਂ ਦਾ ਚਾਚਾ ਸੀਗਾ ਪ੍ਰੇਮ ਨਾਲ, ਉਹਨਾਂ ਦੇ ਕੋਲ ਉੱਥੇ ਰੁਕੇ ਸਾਈਡ 'ਤੇ ਆਪਣੇ ਜੀ ਟੀ ਰੋਡ 'ਤੇ। ਉੱਧਰੋਂ ਹਰਿਆਣਾ ਰੋਡ ਹੋਈ ਦੀ ਬੱਸ ਆਈ ਆ ਮਕੇਰੀਆਂ ਸਾਈਡ ਤੋਂ, ਉਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਹਿੱਟ ਕਰਕੇ ਦਿੱਤਾ ਵਾ, ਜਿਹਦੇ ਕਰਕੇ ਦੋਨਾਂ ਦੀ ਜਿਹੜੀ ਆ ਮੌਕੇ 'ਤੇ ਮੌਤ ਹੋ ਗਈ ਆ। ਰਾਜੀ ਸੱਤਾ ਲਿਖਣ ਹਰਿਆਣਾ ਰੋਡ ਦੀ ਬੱਸ ਜਿਹੜੀ ਸੀ ਹੁਸ਼ਿਆਰਪੁਰ 'ਚ ਆ ਗਈ, ਅਤੇ ਉਹਨਾਂ ਨੇ ਕੀ ਕਰਦਾ ਜੀ? ਬੱਸ ਜੀ ਇਹਨਾਂ ਦੇ ਬਿਆਨ 'ਤੇ ਜਿਹੜਾ ਮੁਸਲਮਾਨ ਅੰਮ੍ਰਿਤ 240 ਜਿਹੜੇ ਦੇ ਚਾਚੇ ਦੇ ਬਿਆਨ 'ਤੇ ਆ, ਮਿਤੀ 23/11/23 ਅੰਡਰ ਸੈਕਸ਼ਨ 304 287/427 ਆਈ ਸੀ ਦਾ ਮੁਕੰਮਲ ਦਰਜ ਕੀਤਾ ਗਿਆ। ਬੱਸ ਬੱਸਾਂ ਦੇ ਦੋਸਤਾਂ ਨੂੰ ਕਰਵਾਈ ਜਾ ਰਿਹਾ ਦਰਸ਼ਨ ਕਰਨ ਲਈ।